ਪੰਜਾਬ ਪਰ ਦੇ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ ਲੇਕਿਨ ਇਸੇ ਵਿਚਕਾਰ ਕੁਝ ਕਲਾਕਾਰਾਂ ਦੇ ਵੱਲੋਂ ਲਗਾਤਾਰ ਮੂਵੀਜ਼ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਅਜਿਹਾ ਇੱਕ ਮਾਮਲਾ ਜੋ ਮੋਰਿੰਡਾ ਚ ਹੋਇਆ ਜਿੱਥੇ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਦੇ ਵੱਲੋਂ ਆਗਾਮੀ ਪੰਜਾਬੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਜਿਸ ਤੇ ਪਣਕ ਪੁਲਿਸ ਨੂੰ ਲੱਗ ਗਈ ਤੇ ਪੁਲਿਸ ਨੇ ਉੱਥੇ ਪਹੁੰਚ ਕੇ ਇਹ ਸ਼ੂਟਿੰਗ ਰੁਕਵਾਈ ਇਹ ਤਸਵੀਰਾਂ ਮੋਰਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ 슈ਗਰ ਮਿਲ ਦੇ ਵਿੱਚ ਫਿਲਮ ਦਾ ਸੈੱਟ ਬਣਾਇਆ ਗਿਆ ਸੀ ਮਸ਼ਹੂਰ ਅਦਾਕਾਰਾ ਨੇ ਉਪਾਸਨਾ ਸਿੰਘ ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਜ਼ ਦੇ ਵਿੱਚ ਉਹਨਾਂ ਨੇ ਨਾਮ ਖੱਟ ਸ਼ਰਮਾ ਸ਼ੋਅ ਦੇ ਵਿੱਚ ਕਪਿਲਦੀਪ ਭੂਆ ਦਾ ਕਿਰਦਾਰ ਨਿਭਾ ਕੇ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਂਦੀ ਉਪਾਸਨਾ ਸਿੰਘ ਤੇ ਇਸੇ ਉਪਾਸਨਾ ਸਿੰਘ ਦੇ ਵੱਲੋਂ ਅੱਜ ਮੋਰਿੰਡਾ ਦੇ ਵਿੱਚ ਆਪਣੀ ਅਗਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਜਿੱਥੇ ਪੁਲਿਸ ਨੂੰ ਇਸ ਦੀ ਭਣਕ ਲੱਗ ਗਈ ਪੁਲਿਸ ਇੱਥੇ ਪਹੁੰਚੀ ਮੌਕੇ ਦੀਆਂ ਵੀਡੀਓਜ਼ ਬਣਾਈਆਂ ਗਈਆਂ ਜਦੋਂ ਉਪਾਸਨਾ ਸਿੰਘ ਤੇ ਉਹਨਾਂ ਦੀ ਟੀਮ ਦੇ ਕੋਲ ਇਸ ਸ਼ੂਟਿੰਗ ਦੀ ਪਰਮਿਸ਼ਨ ਦੇ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ ਜਿਸ ਦੇ ਚੱਲਦਿਆਂ ਇਹ ਸ਼ੂਟਿੰਗ ਰੁਕਵਾਈ ਗਈ ਤੇ ਉਹਨਾਂ ਦੇ ਖਿਲਾਫ ਕਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਦੱਸਦੀ ਕਿ ਬੀਤੇ ਕੁਝ ਦਿਨਾਂ 'ਚ ਤੀਜਾ ਮਾਮਲਾ ਹੈ ਜਦੋਂ ਕਿਸੇ ਫਿਲਮ ਦੀ ਸ਼ੂਟਿੰਗ ਰੁਕਵਾਈ ਗਈ ਹੋਵੇ ਪਹਿਲਾਂ ਲੁਧਿਆਣਾ ਦੇ ਵਿੱਚ ਜਿਮੀ ਸ਼ਿਰਗਲ ਦੇ ਵੱਲੋਂ ਸ਼ੂਟਿੰਗ ਕੀਤੀ ਜਾ ਰਹੀ ਸੀ ਜੋ ਕਰੋਨਾ ਨਿਯਮਾਂ ਦੇ ਖਿਲਾਫ ਸੀ ਇਸੇ ਦੇ ਚੱਲਦੇ ਉੱਥੇ ਵੀ ਸ਼ੂਟਿੰਗ ਰੁਕਵਾਈ ਗਈ ਤੇ ਕਈ ਲੋਕਾਂ ਦੇ ਖਿਲਾਫ ਜਿਮੀ ਸ਼ਿਰਗਲ ਸਮੇਤ ਮਾਮਲਾ ਦਰਜ ਕੀਤਾ ਗਿਆ ਉਹਦੇ ਬਾਅਦ ਗਿੱਪੀ ਗਰੇਵਾਲ ਦੀ ਫਿਲਮ ਦੀ ਸ਼ੂਟਿੰਗ ਵੀ ਚੱਲ ਰਹੀ ਸੀ ਉਹ ਵੀ ਰੁਕਵਾਈ ਗਈ ਉੱਥੇ ਕੁਝ ਹੱਥੋਂ ਪਾਈ ਵੀ ਲੋਕਾਂ ਦੀ ਆਪਸ ਦੇ ਵਿੱਚ ਹੋ ਗਈ ਤੇ ਇਸ ਦੇ ਬਾਅਦ ਹੁਣੇ ਤੀਜਾ ਮਾਮਲਾ ਇੱਕ ਹਫ਼ਤੇ ਦੇ ਅੰਦਰ ਜਦੋਂ ਉਪਾਸਨਾ ਸਿੰਘ ਦੀ ਸ਼ੂਟਿੰਗ ਰੋਪੜ ਨਜ਼ਦੀਕ ਮੁਰਿੰਡਾ ਦੇ ਵਿੱਚ ਚੱਲ ਰਹੀ ਸੀ ਮੁਰਿੰਡਾ ਦੀ 슈ਗਰ ਮਿਲ ਹੈ ਜਿੱਥੇ ਸੈੱਟ ਬਣਾਇਆ ਗਿਆ ਸੀ ਅਪਕਮਿੰਗ ਪੰਜਾਬੀ ਮੂਵੀ ਦੀ ਸ਼ੂਟਿੰਗ ਉਪਾਸਨਾ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਸੀ ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਥੇ ਸ਼ੂਟਿੰਗ ਚੱਲ ਰਹੀ ਹੈ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਦੀਆਂ ਵੀਡੀਓਜ਼ ਅਤੇ ਫੋਟੋਜ਼ ਲਈਆਂ ਗਈਆਂ ਨਾਲ ਹੀ ਪੂਰੀ ਟੀਮ ਤੋਂ ਸਵਾਲ ਵੀ ਕੀਤੇ ਗਏ ਤਸਵੀਰਾਂ ਜੁਖਾਈ ਦੇ ਰਿਹਾ ਕਿ ਉਪਾਸਨਾ ਸਿੰਘ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਪਾਸਨਾ ਸਿੰਘ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਸਬੰਧਿਤ ਕੀ ਪਰਮਿਸ਼ਨ ਲਈ ਹੈ ਦਿੱਸਤੇ ਜਵਾਬ ਦੇ ਵਿੱਚੋਂ ਕੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ ਜਿਸ ਦੇ ਚੱਲਦਿਆਂ ਇਹ ਸ਼ੂਟਿੰਗ ਰੁਕਵਾ ਦਿੱਤੀ ਗਈ तमाम ਵੀਡੀਓਜ਼ ਅਤੇ ਫੋਟੋਜ਼ ਨੂੰ ਸਬੂਤ ਦੇ ਵਜੋਂ ਪੁਲਿਸ ਆਪਣੇ ਨਾਲ ਲੈ ਗਈ ਤੇ ਇਸ ਦੇ ਬਾਅਦ ਮੋਰਿੰਡਾ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਕਰੋਨਾ ਨਿਯਮਾਂ ਦੀਆਂ ਉਲੰਘਣਾਾਂ ਦਾ ਮਾਮਲਾ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਜਿੱਥੇ ਪੰਜਾਬ ਭਰ ਦੇ ਵਿੱਚ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ ਲਾਕਡਾਊਨ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਭਰ ਦੇ ਵਿੱਚ ਉੱਥੇ ਹੀ ਇਹ movies ਦੀ ਸ਼ੂਟਿੰਗ ਕਿਵੇਂ ਚੱਲ ਰਹੀ ਹੈ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਤੇ ਹੁਣ ਲਗਾਤਾਰ ਕੁਝ ਦਿਨਾਂ ਚ ਤੀਜਾ ਮਾਮਲਾ ਜਦੋਂ ਵੱਡੇ ਜੋ ਕਲਾਕਾਰ ਨੇ ਅਦਾਕਾਰ ਨੇ ਉਹਨਾਂ ਦੀ ਸ਼ੂਟਿੰਗ ਇਸ ਤਰ੍ਹਾਂ ਦੇ ਨਾਲ ਪੁਲਿਸ ਨੇ ਰੋਕਵਾਈ ਹੋਵੇ ਪਹਿਲਾਂ ਜਿਮੀ ਸ਼ੇਰ ਗਿੱਲ ਦੇ ਖਿਲਾਫ ਮਾਮਲਾ ਦਰਜ ਹੋਇਆ ਫਿਰ ਗਿੱਪੀ ਗਰੇਵਾਲ ਦੇ ਖਿਲਾਫ ਤੇ ਹੁਣ ਉਪਾਸਨਾ ਸਿੰਘ ਜੋ ਕਾਫੀ ਮਸ਼ਹੂਰ ਤੇ ਪੁਰਾਣੇ ਅਦਾਕਾਰ ਨੇ ਉਹਨਾਂ ਦੇ ਵੱਲੋਂ ਆਪਣੀ ਅਗਲੀ ਕੋਈ ਪੰਜਾਬੀ ਮੂਵੀ ਆ ਰਹੀ ਹੈ ਦੱਸਿਆ ਜਾ ਰਿਹਾ ਉਹਦੀ ਸ਼ੂਟਿੰਗ ਚੱਲ ਰਹੀ ਸੀ ਮੋਰਿੰਡਾ ਦੀ 슈ਗਰ ਮਿਲ ਦੇ ਵਿੱਚ ਸੈੱਟ ਬਣਾਇਆ ਗਿਆ ਸੀ ਜਿੱਥੇ ਪੁਲਿਸ ਨੂੰ ਸੂਚਨਾ ਮਿਲ ਗਈ ਕਿ ਇੱਥੇ ਸ਼ੂਟਿੰਗ ਚੱਲ ਰਹੀ ਹੈ ਕਾਫੀ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਸ਼ੂਟਿੰਗ ਕਰ ਰਹੇ ਨੇ ਜਿਸ ਦੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਟੀਮ ਅਤੇ ਉਪਾਸਨਾ ਸਿੰਘ ਤੋਂ ਸਵਾਲ ਕੀਤੇ ਕਿ ਕੀ ਉਹਨਾਂ ਨੇ ਇਹਦੀ ਪਰਮਿਸ਼ਨ ਲਈ ਹੋਈ ਹੈ ਜਿਹਦਾ ਜਵਾਬ ਉਹ ਕੀ ਸੰਤੁਸ਼ਟਿਜਨਕ ਨਹੀਂ ਦੇ ਸਕੇ ਜੀ ਦੇ ਬਾਅਦ ਪੁਲਿਸ ਨੇ ਉੱਥੋਂ ਫੋਟੋਜ਼ ਖਿੱਚੀਆਂ ਪੂਰੀ ਲੋਕੇਸ਼ਨ ਦੀ ਵੀਡੀਓ ਬਣਾਈ ਤੇ ਪੁਲਿਸ ਸਾਰੇ ਦਸਤਾਵੇਜ਼ ਆਪਣੇ ਨਾਲ ਲੈ ਗਈ ਉਹਦੇ ਬਾਅਦ ਉਪਾਸਨਾ ਸਿੰਘ ਅਤੇ ਉਹਨਾਂ ਦੀ ਟੀਮ ਦੇ ਖਿਲਾਫ ਮਰਿੰਡਾ ਥਾਣੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਸਵਾਲ ਇਹ ਹੈ ਕਿ बार-बार ਜਿਹੇ ਮਾਮਲੇ ਕਿਉਂ ਸਾਹਮਣੇ ਆ ਰਹੇ ਨੇ ਜਦੋਂ ਇੱਕ ਪਾਸੇ ਦੁਕਾਨਾਂ ਬੰਦ ਨੇ ਬਾਜ਼ਾਰ ਬੰਦ ਨੇ ਸਿਰਫ ਐਸੈਂਸ਼ੀਅਲ ਚੀਜ਼ਾਂ ਹੀ ਖੁੱਲੀਆਂ ਨੇ ਤਾਂ ਇਸ ਵਿਚਕਾਰ ਜੋ ਸ਼ੂਟਿੰਗ ਹੈ ਕਿਵੇਂ ਹੋ ਰਹੀ ਹੈ ਕੌਣ ਇਸ ਦੀ ਪਰਮਿਸ਼ਨ ਦੇ ਰਿਹਾ ਹੈ ਜੇ ਨਹੀਂ ਦੇ ਰਿਹਾ ਤਾਂ ਕਲਾਕਾਰ ਕਿਉਂ ਨਜ਼ਾਕਤ ਨੂੰ ਨਹੀਂ ਸਮਝਦੇ ਮੌਕੇ ਦੀ ਤੇ ਇਸ ਤਰੀਕੇ ਦੇ ਨਾਲ ਸ਼ੂਟਿੰਗਸ ਕੀਤੀਆਂ ਜਾ ਰਹੀਆਂ ਨੇ ਜਿੱਥੇ ਪੁਲਿਸ ਨੂੰ ਪਹੁੰਚ ਕੇ ਇਹਨਾਂ ਨੂੰ ਰੁਕਵਾਉਣਾ ਪੈ ਰਿਹਾ ਅੱਜ ਕੁਝ ਹੀ ਦਿਨਾਂ ਚ ਤੀਜਾ ਮਾਮਲਾ ਜਿਵੇਂ ਸ਼ਿਰਗਲ ਗਿੱਪੀ ਗਰੇਵਾਲ ਦੇ ਬਾਅਦ ਹੁਣ ਉਪਾਸਨਾ ਸਿੰਘ ਮਸ਼ਹੂਰ ਅਦਾਕਾਰ ਨੇ ਕਪਿਲ ਸ਼ਰਮਾ ਸੋਚ ਵੀ ਆਉਂਦੇ ਨੇ ਤੇ ਉਹਨਾਂ ਦੀ ਸ਼ੂਟਿੰਗ ਕੋਈ ਅਗਲੀ ਮੂਵੀ ਸੀ ਜਿਸ ਦੀ ਸ਼ੂਟਿੰਗ ਕੋ ਕਰ ਰਹੀ ਸੀ ਮੁਰਿੰਡਾ ਦੇ ਜੋ 슈ਗਰ ਮਿਲ ਹੈ ਉਥੇ ਸੈੱਟ ਬਣਾਇਆ ਗਿਆ ਸੀ ਪੁਲਿਸ ਉਥੇ ਪਹੁੰਚ ਗਈ ਸ਼ੂਟਿੰਗ ਰੁਕਵਾਈ ਤਮਾਮ ਵੀਡੀਓਜ਼ ਆਪਣੇ ਨਾਲ ਪੁਲਿਸ ਲੈ ਗਈਏ ਤੇ ਕਰੋਨਾ ਨੀਮਾਂ ਦੀ ਉਲੰਘਣਾ ਦਾ ਮਾਮਲਾ ਉਹਨਾਂ ਦੇ ਖਿਲਾਫ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਅਪਡੇਟਸ ਲਈ ਜੁੜੇ ਰਹੋ ਡੈਨਿਕਸ ਵੈਰਾਈਟੀ ਵੀਰ ਨਾਲ